ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੋਨਾ ਤੁਸੀਂ ਦੇਖ ਰਹੇ ਹੋ ਹੈਪੀਐਸਟ ਕਪਲ ਕਿਰਨ ਕਹਿੰਦੀ ਹੈ ਅੱਜ ਅਸੀਂ ਫਿਰ ਕਿਤੇ ਚੱਲੇ ਹਾਂ ਮੰਮੀ ਮੈਂ ਕਿਰਨ ਭਾਬੀ ਬੱਚੇ ਕਿਉਂਕਿ ਅੱਜ ਸੈਟਰਡੇ ਹੈ ਬੱਚਿਆਂ ਨੂੰ ਛੁੱਟੀ ਹੈ ਅਤੇ ਅਸੀਂ ਚੱਲੇ ਹਾਂ ਜੀ ਭਿੱਖੂਵਾਲ ਸਾਹਿਬ ਗੁਰਦੁਆਰਾ ਮੱਥਾ ਟੇਕਣ ਅਤੇ ਹੁਸ਼ਿਆਰਪੁਰ ਦੇ ਕੋਲ ਹੈ ਮੰਮੀ ਜਦੋਂ ਦੇ ਆਏ ਨੇ ਬਾਹਰੋਂ ਅਤੇ ਉਦੋਂ ਦੇ ਇੱਕ ਵਾਰੀ ਵੀ ਨਹੀਂ ਗਏ ਅਤੇ ਹੁਣ ਆਪਾਂ ਉੱਥੇ ਜਾਵਾਂਗੇ ਮੱਥਾ ਟੇਕਾਂਗੇ ਧੁੰਦ ਪਤਾ ਨਹੀਂ ਕਿਉਂ ਪੈ ਗਈ ਅੱਜ ਹੈ ਨਾ ਹੁਣ ਧੁੰਦ ਰਸਤੇ 'ਚ ਕਿੰਨੀ ਕੁ ਮਿਲਣੀ ਇਹ ਨਹੀਂ ਪਤਾ ਦੇਖਦੇ ਹਾਂ ਆ ਜਾਓ ਜੀ ਆ ਜਾਓ ਓਕੇ ਜੀ ਸਾਰੇ ਬਹਿ ਗਏ ਹੋ ਸਿੰਘ ਸਾਹਿਬ ਤੁਹਾਡਾ ਪਟਕਾ ਕਿੱਥੇ ਹੈ ਹਾਂਜੀ ਮੰਮੀ ਚੱਲੀਏ ਫਿਰ ਬੋਲੇ ਸੋਨਿਹਾਲ ਆਹ ਦੇਖੋ ਮੰਮੀ ਕੱਲ ਇੰਨੀ ਗਰਮੀ ਸੀ ਇੰਨੀ ਗਰਮੀ ਤੇ ਅੱਜ ਦਿਖਦਾ ਕੁਛ ਨੀ ਪਿਆ ਰੱਬ ਦੇ ਰੰਗ ਯਾਰ ਵਾਕਈ ਸੱਚੀ ਗੱਲ ਆ ਦੇਖੀ ਕੁਛ ਵੀ ਨਹੀਂ ਦਿਖਦਾ ਮੈਂ ਕੁਛ ਵੀ ਨਹੀਂ ਦਿਖ ਰਿਹਾ ਯਾਰ ਇਹ ਨਹੀਂ ਰੱਬ ਦੇ ਰੰਗ ਇਹ ਰੱਬ ਦੇ ਰੰਗ ਨੇ ਮਾਈ ਜੋ ਉਸ ਨੂੰ ਅੱਛਾ ਲੱਗਦਾ ਉਹ ਹੁੰਦਾ ਮਤਲਬ ਹੁਣ ਆਪਾਂ ਲੈਟਾਂ ਜਗਾਈ ਹੋਈ ਤੂੰ ਲੈਟਾਂ ਦਾ ਤੇ ਜਗਾ ਦੇਨੇ ਆ ਪਰ ਕਿਹੜੀ ਸਪੀਡ ਤੇ ਜਾਵਾਂਗੇ ਆਪਾਂ ਮੈਨੂੰ ਸਮਝ ਨਹੀਂ ਆ ਰਹੀ ਚਲ ਹਾਈ ਵੀ ਚੜਾਂਗੇ ਫਿਰ ਠੀਕ ਹੋ ਜਾਏਗਾ ਥੋੜਾ ਆ ਕੇ ਜੀ ਆਪਾਂ ਗੁਰਦੁਆਰਾ ਭਿੱਖੂਵਾਲ ਸਾਹਿਬ ਐਂਟਰੀ ਕਰ ਰਹੇ ਆ ਲੋ ਜੀ ਗੱਡੀ ਇੱਥੇ ਦੇਖਦੇ ਅੰਦਰ ਜਾਂਦੇ ਆ ਅੰਦਰ ਲਵਾਂਗੇ ਕਿਤੇ ਉੱਧਰ ਵੀ ਨਾ ਆ ਗਿਆ ਹੁਣ ਆਹ ਦੇ ਆ ਗਿਆ ਇੱਥੇ ਨਾ ਲਓ ਜੀ ਇੱਕ ਵਾਰੀ ਫਿਰ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹਾਂ ਗੁਰਦੁਆਰਾ ਭਿੱਖੂਵਾਲ ਸਾਹਿਬ ਜੀ ਦੇ ਇੱਕ ਵਾਰੀ ਆਏ ਸੀ ਜਦੋਂ ਇੱਥੇ ਭੰਡਾਰਾ ਸੀ ਖਾਣੀ ਗੋਲੀ ਸ਼ਿੱਪੀ ਤੇ ਭਾਬੀ ਮੈਡੀਸਨ ਖਾ ਰਹੇ ਆ ਬੋਡੀ ਪੇਨ ਕਰ ਰਹੀ ਆ ਦੋਨਾਂ ਦੀ ਕਿਤੇ ਮੰਮੀ ਦੀ ਵੇਟ ਕੀਤੀ ਜਾ ਰਹੀ ਹੈ ਸੰਗਤ ਚਲੋ ਸਫਾਈ ਕਰਦੇ ਹੋਏ ਕਰੋ ਜੀ ਇੱਕ ਵਾਰ ਫਿਰ ਦਰਸ਼ਨ ਗੁਰਦੁਆਰਾ ਭਿੱਖੂਵਾਲ ਸਾਹਿਬ ਜੀ ਦੇ ਮੱਥਾ ਟੇਕਣ ਤੋਂ ਬਾਅਦ ਨਿਸ਼ਾਨ ਸਾਹਿਬ ਵੱਲ ਜਾ ਕੇ ਅਤੇ ਉੱਧਰ ਜ਼ਰੂਰ ਜਾਣਾ ਜਿੱਧਰ ਬਾਬਾ ਜੀ ਦਾ ਮੈਮੋਰੀਅਲ ਬਣਾਇਆ ਗਿਆ ਯਾਦਗਾਰ ਦੇ ਵਿੱਚ ਬਣਾਇਆ ਗਿਆ ਇੱਕ ਬਹੁਤ ਵੱਡਾ ਹਾਲ ਪਹਿਲਾਂ ਮੰਮੀ ਦੇ ਨਾਲ ਆਉਂਦੇ ਹੁੰਦੇ ਸੀ ਜਦੋਂ ਛੋਟੇ ਸੀ ਜਿਵੇਂ ਅਗਮ ਤੁਰਿਆ ਜਾ ਰਿਹਾ ਮੰਮੀ ਦੇ ਨਾਲ ਉੱਦਾਂ ਹੀ ਮੈਂ ਹੁੰਦਾ ਸੀ ਮੰਮੀ ਦੇ ਨਾਲ ਇੱਕ ਉਹੀ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਬਚਪਨ ਤੋਂ ਹੀ ਇੱਥੇ ਆਉਂਦੇ ਹੁੰਦੇ ਸੀ ਕਦੇ ਸੰਗਤ ਨਾਲ ਟਰੱਕ 'ਤੇ ਆਉਣਾ ਕਦੇ ਗੱਡੀ 'ਤੇ ਆਉਣਾ ਔਰ ਅਕਸਰ ਇੱਥੇ ਆਉਣਾ ਹੈ ਨਾ ਅਤੇ ਆ ਬਾਬਾ ਜੀ ਜਿਵੇਂ ਸਾਹਮਣੇ ਬੈਠੇ ਨੇ ਹਾਲੇ ਵੀ ਉੱਦਾਂ ਹੀ ਉਹੀ ਨੂਰ ਝਲਕਦਾ ਹੈ ਫੋਟੋ ਦੇ ਵਿੱਚੋਂ ਜਿਵੇਂ ਬਾਬਾ ਜੀ ਰੀਅਲ ਦੇ ਵਿੱਚ ਬੈਠੇ ਨੇ ਇੱਥੇ ਇਹ ਹਾਲ ਹੈ ਦੋਸਤੋ ਜਿਹੜਾ ਯਾਦਗਾਰ ਦੇ ਵਿੱਚ ਬਣਾਇਆ ਗਿਆ ਬਾਬਾ ਜੀ ਦੇ ਭਿੱਖੂਵਾਲ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਦੇ ਕੋਲ ਹੈ ਬਾਹਰ ਬਹੁਤ ਸੋਹਣੇ ਫੁੱਲ ਜਿਹੜੇ ਕਹਿੰਦੇ ਸ਼ਾਈਨ ਕਰ ਰਹੇ ਸੀ ਧੁੱਪ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਸੀ ਸਿਸਟਮ ਮੱਥਾ ਟੇਕ ਕੇ ਉਸ ਤੋਂ ਬਾਅਦ ਲੰਗਰ ਛਕਣ ਵੱਲ ਗਏ ਅਸੀਂ ਔਰ ਲੰਗਰ ਹਾਲ ਉੱਦਾਂ ਦਾ ਹੀ ਹੈ ਜੋ ਪਹਿਲਾਂ ਸੀ ਬਚਪਨ ਤੋਂ ਔਰ ਬਹੁਤ ਵਧੀਆ ਇੱਥੇ ਲੰਗਰ ਮਤਲਬ ਲੰਗਰ ਤਾਂ ਸਵਾਦ ਹੁੰਦਾ ਹੀ ਹੈ ਹਰ ਥਾਂ 'ਤੇ ਦੋਸਤੋ ਲੰਗਰ ਛੱਕ ਕੇ ਫਿਰ ਚਾਹ ਦੇ ਪਿਆਲੇ ਵੀ ਪੀਤੇ ਗਏ ਬਹੁਤ ਬਹੁਤ ਵਧੀਆ ਚਾਹ ਹੁੰਦੀ ਹੈ ਇੱਥੋਂ ਦੀ ਵਧੀਆ ਲੱਗਦਾ ਜੀ ਸਾਰਾ ਕੁਛ ਬਹੁਤ ਵਧੀਆ ਸੀ ਆਨੰਦ ਭਰਿਆ ਸੀ ਮੱਥਾ ਟੇਕ ਕੇ ਲੰਗਰ ਖਾ ਕੇ ਹੁਣ ਵਾਪਸ ਘਰ ਵੱਲ ਨੂੰ ਚਾਲੇ ਪਾਉਣ ਦੀ ਤਿਆਰੀ ਗੱਡੀ ਮੈਂ ਪੂਰੀ ਛਾਂ 'ਚ ਖੜੀ ਕਰ ਗਿਆ ਸੀ ਐਨ ਮਾਪ ਤੋਲ ਕੇ ਇੱਧਰੋਂ ਬੈਕ ਸਾਈਡ ਤੋਂ ਹੀ ਗੇਟ ਹੁਣ ਇੱਧਰੋਂ ਹੀ ਨਿਕਲ ਜਾਣਾ ਆਹ ਹੌਲੇ ਹੌਲੇ ਤੁਰਦੇ ਆਉਂਦੇ ਆ ਜਾਓ ਆ ਜਾਓ ਆ ਜਾਓ
कर ले दर्शन सारे ने। हां जी। कितना आनंद आया, तुसी तो बड़े चिर बाद आए हो ना। हां केड़े मेले थे? लो जी सारे ने कर ले दर्शन, हुण चलिए वापस नू। रस्ते च बड़ी सड़क खराब है, पगवाड़े तक पहुंचना औखा ना। किन्नी बूटी उगी है ना, ये सफाई करना कि हुण होएगा मेरे ख्याल कणकां कुणकां तों बाद। हां जी थक गए हो? गड्डी तो मैं चला रहा, तुसी किवें थक गए? चलाण वाला ज्यादा थकदा सगो। आ रस्ते जारी छोटा जे टपरी लभी है, जिहदे कहिंदे टी स्टाल है, कहिंदे चाह पीने आ। आ जाओ मम्मी, भाभी जाओ को उहनूं कह बना दे वधिया दी चाह। मैं कह के आना चार कप घेंट बनाई मेरे वीर, पंज कप बना दी। दे शूज की करेंगे, शूज पा के वो खड़े ने बंद ब्रेड जी, डबल रोटी जी होंगी टंगे वेख, वो टंगे किन्ने सारे। मेरी जिंदगी का ड्राइव कर ड्राइविंग कर करके ना जानी है। आ देखो जेडे वेले बह बह के वेले आराम में बैठे ने, यह भी थक गए ने। मैं जो ड्राइव कर रहा खड्डिया खुडिया के रेसा रूसा लादा है गड्डिया ट्रकों नाल, है सच रस्ते एक्सीडेंट होया, बड़ा बचाव हो गया। वो लेडी तो जेंट्स दोनों से जोड़े देख रहे थे भी निक कढ़ लिया उन्होंने गड्डी चो बहर, सारे एयर बैग खुल गए, बड़ा देख के बड़ा वो लगे, शुक्र है परमात्मा का बचाव हो गया। ये जो ढाबा है बड़ा छोटा जहा ढाबा, वे ढाबे तो रुकन ना, छोटे बंदे को रुको दो पैसे बन जाते हैं ये बंदे के, है ना। रेट रूट तो सेम ही होंगे, पर छोटी टी स्टॉल ये होंगी जी स्पैशल, कली टी स्टॉल है ना वो चाह ज़्यादा वधिया बनाते हैं, जिवें कली टी स्टॉल है। देखते हैं बाकी रिव्यू पी के,